ਹੈਲੋ ਐਵਰੀਵਨ, ਕਿਵੇਂ ਹੋ ਤੁਸੀਂ? ਆਈ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਸੀਂ ਵੀ ਸਾਰੇ ਠੀਕ ਹਾਂ। ਮੈਂ ਸ਼ਸ਼ੀ ਸਵਾਗਤ ਕਰਦੀ ਹਾਂ ਤੁਹਾਡਾ ਤੁਹਾਡੇ ਆਪਣੇ ਚੈਨਲ ਜਾਨਵੀ ਭਾਵਨਾ ਬਲੌਗ 'ਚ। ਸਟਾਰਟ ਕਰਦੇ ਹਾਂ ਜੀ ਅੱਜ ਦਾ ਬਲੌਗ। ਅਤੇ ਸਵੇਰ ਦਾ ਟਾਈਮ ਹੈ, ਬਣਾ ਰਹੀ ਹਾਂ ਰੋਟੀ। ਅਤੇ ਇਹਦੇ ਡੈਡੀ ਨੇ ਜਾਣਾ ਨਾ, ਉਹਦੇ ਵਾਸਤੇ ਫਿਰ ਬਣਾ ਰਹੀ ਹਾਂ, ਅਤੇ ਨਾਲ ਹੀ ਫਿਰ ਸਾਰੀਆਂ ਬਾਕੀ ਵਾਲੀਆਂ ਵੀ ਬਣਾ ਦਾਂਗੇ। ਅਤੇ ਆਹ ਚੀਜ਼ ਮੈਂ ਦਿਖਾ ਰਹੀ ਸੀ ਵੀ ਜਿਹੜਾ ਸੀ ਵਾਲਪੇਪਰ ਜਿਹਾ ਪਿੱਛੇ ਲਗਾ ਰੱਖਿਆ, ਵਾਲਪੇਪਰ ਤਾਂ ਨਹੀਂ ਹੈਗਾ, ਜਿਹੜਾ ਸੈਲਫ ਦਾ ਕਵਰ ਹੁੰਦਾ ਨਾ ਪਰਛੱਤੀ ਵਗੈਰਾ ਦਾ, ਉਹੀ ਅਸੀਂ ਲਗਾ ਰੱਖਿਆ ਵਾ। ਅਤੇ ਉਹਦੇ 'ਤੇ ਨਾ ਇਹਦੇ ਡੈਡੀ ਨੇ ਟੇਢਾ ਕਰਕੇ ਤਵਾ ਖੜ੍ਹਾ ਕਰਤਾ ਸੀ, ਚਾਹ ਗਰਮ ਕਰਨ ਵਾਸਤੇ ਆਏ ਸੀਗੇ, ਅਤੇ ਉੱਥੋਂ ਥੋੜ੍ਹਾ ਜਿਹਾ ਮੱਚ ਗਿਆ। ਅਤੇ ਜਾਨਵੀ ਦੀ ਅੱਜ ਛੁੱਟੀ ਹੈ, ਇਸ ਕਰਕੇ ਉਹ ਤਾਂ ਫਿਰ ਸਕੂਲ ਜਾਂਦੀ ਨਹੀਂ ਹੈਗੀ, ਅਤੇ ਉਹ ਲੇਟ ਰੋਟੀ ਖਾਊਗੀ ਮੇਰੇ ਨਾਲ ਹੀ। ਬਸ ਇਹਦੇ ਡੈਡੀ ਕਰਕੇ ਬਸ ਛੇਤੀ ਮੈਂ ਬਣਾ ਰਹੀ ਹਾਂ ਰੋਟੀਆਂ। ਅਤੇ ਉਸ ਤੋਂ ਬਾਅਦ ਜੀ ਆ ਦੇਖ ਲਓ, ਭਾਵਨਾ ਹਜੇ ਸੁੱਤੀ ਹੋਈ ਹੈ, ਕਿਉਂਕਿ ਰਾਤ ਨਾ ਚੰਗੀ ਤਰ੍ਹਾਂ ਸੋਈ ਨਹੀਂ ਸੀ, ਰਾਤ ਨੂੰ ਵਾਰ ਵਾਰ ਉੱਠ ਕੇ ਰੋਣ ਲੱਗ ਜਾਂਦੀ ਸੀਗੀ। ਅਤੇ ਰੋਟੀਆਂ ਬਣਾਉਣ ਤੋਂ ਬਾਅਦ ਸਾਡੀ ਰਸੋਈ ਦੀ ਹਾਲਤ ਦੇਖ ਲਓ ਕਿਵੇਂ ਦੀ ਹੋ ਰਹੀ ਹੈ। ਅਤੇ ਮੈਂ ਲੱਗ ਗਈ ਸੀ ਬਾਹਰੋਂ ਝਾੜੂ ਮਾਰਨ ਵਾਸਤੇ, ਕਿਉਂਕਿ ਫਿਰ ਪਹਿਲਾਂ ਸਭ ਤੋਂ ਮੈਂ ਪਹਿਲਾਂ ਬਾਹਰੋਂ ਹੀ ਝਾੜੂ ਮਾਰਦੀ ਹੁੰਦੀ ਹਾਂ, ਅਤੇ ਉਸ ਤੋਂ ਬਾਅਦ ਫਿਰ ਮੈਂ ਬਰਾਂਡੇ ਜੀ ਅਤੇ ਕਮਰਿਆਂ ਦੀ ਸਫਾਈ ਕਰਦੀ ਹੁੰਦੀ ਹਾਂ। ਉਹ ਜੀ ਫਰੈਂਡਸ, ਆਪਾਂ ਨੇ ਕਰਤੀ ਹੈ ਰਸੋਈ ਦੀ ਸਫਾਈ ਵੀ, ਅਤੇ ਮੈਂ ਹੁਣੇ ਖਾ ਕੇ ਹਟੀ ਹਾਂ ਰੋਟੀ, ਅਤੇ ਆਹ ਵਾਲਾ ਕਮਰਾ ਵੀ ਸਾਫ਼ ਕਰਤਾ ਵਾ। ਹੁਣ ਕਰਾਂਗੇ ਆਪਾਂ ਆਹ ਵਾਲਾ ਕਮਰਾ ਸਾਫ਼, ਅਤੇ ਇਹਨਾਂ ਨੂੰ ਆਪਾਂ ਇੱਥੋਂ ਖੜ੍ਹੇ ਕਰਾਂਗੇ, ਮੰਤਰੀਆਂ ਨੂੰ, ਵਿਹਲੇ ਬੈਠੇ ਮੰਤਰੀ, ਅਤੇ ਸਫਾਈ ਕਰਾਂਗੇ ਇਸ ਕਮਰੇ ਦੀ। ਅੱਜ ਇੱਕ ਦੋ ਹੋਰ ਕੰਮ ਕਰਨ ਵਾਲੇ ਪਏ ਨੇ, ਸੋਚਦੀ ਹਾਂ ਉਹ ਵੀ ਕਰੂੰਗੀ, ਚਲੋ ਫਿਰ ਕਰਾਂਗੇ, ਅਤੇ ਨਾਲ ਨਾਲ ਤੁਹਾਡੇ ਸ਼ੇਅਰ ਵੀ ਕਰਾਂਗੇ। ਅਤੇ ਚਲੋ ਪਹਿਲਾਂ ਆਹ ਕਰ ਲੈਂਦੇ ਜੀ ਫਰੈਂਡਸ, ਆਪਣਾ ਆਹ ਵਾਲਾ ਕਮਰਾ ਵੀ ਹੋ ਗਿਆ ਵਾ। ਅਤੇ ਆਹ ਦੇਖ ਲਓ, ਮੈਂ ਰਸੋਈ ਤੋਂ ਬਾਅਦ ਇੱਥੇ ਪੋਚਾ ਲਾਇਆ ਸੀ, ਮੈਡਮ ਡੋਲ ਗਈ ਹੈ ਪਾਣੀ, ਅਤੇ ਇੱਥੇ ਵੀ ਕਰਤੀ ਹੈ ਸਫਾਈ। ਹੁਣ ਅੱਜ ਨਾ ਮੇਰੀ ਸਲਾਹ ਵਾ ਵੀ ਮੈਂ ਪਾਣੀ ਭਰਿਆ ਪਿਆ ਵਾ, ਤਾਂ ਮੈਂ ਫਰਿੱਜ ਸਾਫ਼ ਕਰ ਲਾਂ, ਅਤੇ ਚਲੋ ਫਿਰ ਉਹ ਵੀ ਕਰ ਲੈਂਦੇ ਹਾਂ ਆਪਾਂ। ਹਾਂਜੀ ਫਰੈਂਡਸ, ਮੈਂ ਕਹਿ ਰਹੀ ਸੀ ਨਾ ਵੀ ਇੱਕ ਦੂਸਰਾ ਕੰਮ ਹੈ ਜਿਹੜਾ ਮੈਂ ਕਰਨਾ ਵਾਂ, ਅਤੇ ਉਹ ਵਾਲਾ ਕੰਮ ਹੈਗਾ ਆ ਫਰਿੱਜ ਸਾਫ਼ ਕਰਨ ਵਾਲਾ। ਮੈਂ ਨਾ ਬੜੇ ਦਿਨਾਂ ਦੀ ਸੋਚਣ ਲੱਗ ਰਹੀ ਵੀ ਕਰੂੰਗੀ ਕਰੂੰਗੀ ਕਰੂੰਗੀ, ਕਿਉਂਕਿ ਮੈਂ ਜਦੋਂ ਵੀ ਸਮਾਨ ਰੱਖਦੀ ਸੀਗੀ ਮੈਨੂੰ ਅਜੀਬ ਜਿਹਾ ਲੱਗਦਾ ਹੁੰਦਾ ਸੀ ਵੀ ਫਰਿੱਜ ਥੋੜ੍ਹੀ ਖਰਾਬ ਹੈ, ਇਹਨੂੰ ਸਾਫ਼ ਕਰਨਾ ਚਾਹੀਦਾ ਵਾ। ਅਤੇ ਫਾਈਨਲੀ ਅੱਜ ਸਵੇਰੇ ਅਸੀਂ ਪਾਣੀ ਭਰਿਆ ਸੀ, ਅਤੇ ਮੈਂ ਸਾਰਾ ਕਾਫੀ ਪਾਣੀ ਭਰ ਲਿਆ ਸੀਗਾ, ਪਰ ਮੈਨੂੰ ਨਾ ਅੱਜ ਮੈਂ ਕੱਪੜੇ ਨਹੀਂ ਧੋਤੇ ਹੈਗੇ, ਇਸ ਕਰਕੇ ਫਿਰ ਮੇਰਾ ਪਾਣੀ ਵਾਹਵਾ ਬਚਿਆ ਹੋਇਆ ਸੀ। ਫਿਰ ਮੈਂ ਸੋਚਿਆ ਵੀ ਚਲੋ ਉਹਦੇ ਨਾਲ ਆਹੀ ਕੰਮ ਕੀਤਾ ਜਾਵੇ। ਵੈਸੇ ਤਾਂ ਮੈਂ ਫਰਿੱਜ ਨੂੰ ਕਾਫੀ ਟਾਈਮ ਪਹਿਲਾਂ ਬੰਦ ਕਰਤਾ ਸੀਗਾ ਤਾਂ ਕਿ ਇਹਦੀ ਜਿਹੜੀ ਬਰਫ਼ ਐਕਸਟਰਾ ਉਹ ਖੁਰ ਜੇ, ਪਰ ਨਾ ਉਹ ਖੁਰੀ ਨਹੀਂ ਹੈਗੀ। ਫਿਰ ਥੋੜ੍ਹਾ ਜਿਹਾ ਪਾਣੀ ਮੇਰਾ ਦੋ ਕੁ ਬਾਲਟੀਆਂ ਲੱਗਿਆ ਉੱਤੇ ਬਰਫ਼ ਖੁਰਨ ਵਾਸਤੇ, ਅਤੇ ਫਾਈਨਲੀ ਬਰਫ਼ ਖੁਰਕ ਚੁੱਕੀ ਸੀਗੀ। ਅਤੇ ਫਿਰ ਮੈਂ ਭਾਂਡੇ ਮਾਂਜਣ ਵਾਲੀ ਸਾਬਣ ਦੇ ਨਾਲ ਮਾਂਜ ਕੇ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਤੀ, ਅਤੇ ਹੁਣ ਦੇਖ ਲਓ ਮੇਰੀ ਫਰਿੱਜ ਕਿੰਨੀ ਸਾਫ਼ ਹੋ ਗਈ ਹੈ। ਹੈਗੀ ਤਾਂ ਪੁਰਾਣੀ ਆ, ਪਰ ਐਵੇਂ ਆ ਵੀ ਚਲੋ ਸਾਫ਼ ਸੁਥਰੀ ਹੋ ਗਈ ਆ। ਉਹ ਜੀ ਫਰੈਂਡਸ, ਆਪਣਾ ਆ ਗਿਆ ਵਾ ਦੁੱਧ, ਅਤੇ ਮੈਂ ਹੁਣ ਉਬਾਲਣ ਵਾਸਤੇ ਰੱਖਤਾ ਵਾ। ਅਤੇ ਧੁੱਪ ਅੱਜ ਬਹੁਤ ਸੋਹਣੀ ਆ, ਬਹੁਤ ਕਰਾਰੀ ਆ ਧੁੱਪ ਅੱਜ। ਕੱਪੜੇ ਤਾਂ ਮੈਂ ਧੋਤੇ ਨਹੀਂ ਹੈਗੇ, ਤੌਲੀਏ ਵਗੈਰਾ ਸੁੱਕਣ ਲੱਗ ਰਹੇ ਨੇ। ਅਤੇ ਆਹ ਦੇਖ ਲਓ, ਅੰਦਰੋਂ ਮੈਂ ਸਾਰੀ ਮਿੱਟੀ ਕੱਢਤੀ ਹੈ, ਜਿਹੜੀ ਖੁਰੀ ਪਈ ਸੀ ਨਾ ਸਾਰੀ ਮਿੱਟੀ ਕੱਢਤੀ ਚੁੱਲ੍ਹੇ ਦੀ, ਐਕਸਟਰਾ ਜਿਹੜੀ ਪਈ ਸੀ ਇੱਧਰ ਮੈਂ ਮਿੱਟੀ ਭੇ ਕੇ ਤਾਂ ਰੱਖੀ ਹੈ, ਅਤੇ ਸ਼ਾਮ ਨੂੰ ਇਹਦੇ 'ਚ ਤੂੜੀ ਮਿਲਾ ਕੇ ਰੱਖ ਦੂੰਗੀ, ਫਿਰ ਕੱਲ੍ਹ ਨੂੰ ਮੈਂ ਲਾਊਂਗੀ ਇਹਦੇ। ਇੱਧਰ ਆਲੂ ਧੋ ਕੇ ਭਰੇ ਨੇ, ਕਿਉਂਕਿ ਅੱਜ ਮੈਂ ਫਰਿੱਜ ਧੋਤੀ ਹੈ, ਦੁੱਧ 'ਚ
ਫਿਰ ਮੈਂ ਡੱਬਾ ਵੀ ਧੋਤਾ ਆਲੂ ਧੋ ਕੇ, ਹੁਣ ਮੈਂ ਫਰਿੱਜ 'ਚ ਪਾ ਕੇ ਰੱਖ ਦੂੰਗੀ ਇਹਨਾਂ ਨੂੰ। ਆਹ ਵਾਲੀਆਂ ਸਬਜ਼ੀਆਂ ਵੀ ਮੈਂ ਧੋ ਕੇ ਸਾਰੀਆਂ ਰੱਖੀਆਂ ਨੇ ਤਾਂ ਕਿ ਡੱਬਾ ਜਿਹੜਾ ਖਰਾਬ ਨਾ ਹੋਵੇ ਦੁਬਾਰਾ। ਅਤੇ ਫਰਿੱਜ ਵਾਲਾ ਕੰਮ ਮੇਰਾ ਕਾਫੀ ਦਿਨਾਂ ਦਾ ਪੈਂਡਿੰਗ ਪਿਆ ਸੀਗਾ ਅਤੇ ਫਾਈਨਲੀ ਅੱਜ ਆਹ ਵੀ ਨਿਬੜ ਚੁੱਕਿਆ ਅਤੇ ਮੈਂ ਬਹੁਤ ਖੁਸ਼ ਹਾਂ। ਰੋਜੀ ਫਰੈਂਸ ਜਿਹੜੀ ਮਿੱਟੀ ਸਵੇਰੇ ਭੇਜੀ ਸੀਗੀ ਨਾ, ਮੈਂ ਉਹਦੇ 'ਚ ਤੂੜੀ ਮਿਲਾ ਕੇ ਮਿਕਸ ਕਰਤੀ ਆ। ਆਹ ਦੇਖ ਲਓ ਮਿਕਸ ਕਰਤੀ ਆ, ਕਿਤੇ ਕੱਲ੍ਹ ਨੂੰ ਮੈਂ ਲਾ ਦੂੰਗੀ। ਅਤੇ ਨਾ ਥੋੜ੍ਹੀ ਥੋੜ੍ਹੀ ਜਿਹੀ ਮੋਟੀ ਸੀ ਇਸ ਕਰਕੇ ਮੈਂ ਝਾਰਨੇ 'ਚ ਛਾਣ ਕੇ ਲਾਈ ਆ, ਅਤੇ ਥੋੜ੍ਹੀ ਜਿਹੀ ਛਾਣ ਕੇ ਮਿਕਸ ਕੀਤੀ, ਥੋੜ੍ਹੀ ਜਿਹੀ ਉਈ ਮਿਕਸ ਕਰਤੀ ਆ, ਅਤੇ ਕੱਲ੍ਹ ਨੂੰ ਵਧੀਆ ਲੱਗ ਜੂਗੀ ਕਿਉਂਕਿ ਅੱਜ ਥੋੜ੍ਹੀ ਜਿਹੀ ਉਹ ਹੋ ਜੂਗੀ, ਸੈੱਟ ਜਿਹੀ ਹੋ ਜੂਗੀ, ਕੱਲ੍ਹ ਨੂੰ ਲੱਗ ਜੂਗੀ। ਅਤੇ ਹੁਣ ਮੈਂ ਮਾਂਜੂੰਗੀ ਚਾਹ ਵਾਲੇ ਭਾਂਡੇ, ਮੇਰੇ ਚਾਹ ਵਾਲੇ ਭਾਂਡੇ ਵੀ ਮਾਂਜਣ ਵਾਲੇ ਪਏ ਆ, ਦੇਖ ਲਓ ਪਤੀਲਾ ਉੱਧਰ, ਅਤੇ ਕੱਲ੍ਹ ਉਹ ਮਾਂਜ ਲੈਂਦੇ ਆਪਾਂ। ਹਾਂਜੀ ਫਰੈਂਡਸ, ਮੈਂ ਆ ਗਈ ਹਾਂ ਰਸੋਈ 'ਚ ਅਤੇ ਮੈਂ ਲੱਗ ਗਈ ਹਾਂ ਚਾਹ ਵਾਲੇ ਭਾਂਡੇ ਮਾਂਜਣ। ਅਤੇ ਇਸ ਤੋਂ ਪਹਿਲਾਂ ਮੈਂ ਸਿਰਵਾ ਕੇ ਹਟੀ ਹਾਂ ਆਪਣਾ, ਕਿਉਂਕਿ ਮੈਂ ਸਵੇਰੇ ਸਿਰਵਾਇਆ ਨਹੀਂ ਸੀਗਾ। ਸਵੇਰੇ ਨਾ ਨਹਾਉਣ ਤੋਂ ਬਾਅਦ ਮੈਨੂੰ ਐਂ ਹੁੰਦਾ ਬਸ, ਮੈਂ ਕਿਉਂਕਿ ਭਾਵਨਾ ਨੂੰ ਮੈਂ ਆਪਣੇ ਨਾਲ ਹੀ ਨਵਾ ਕੇ ਲਿਆਉਂਦੀ ਹਾਂ ਨਾ, ਅਤੇ ਅੱਜ ਤਾਂ ਖੈਰ ਜਾਨਵੀ ਹੈਗੀ ਸੀ ਇਸ ਕਰਕੇ ਮੈਂ ਨਹਾ ਕੇ ਉਹਨੂੰ ਫੜਾਤਾ ਸੀ ਵੀ ਤੂੰ ਇਹਦੇ ਕੱਪੜੇ ਪਾ ਦੇ, ਇੰਨੀ ਦੇਰ ਮੈਂ ਨਹਾ ਕੇ ਆਉਂਦੀ ਹਾਂ, ਨਹੀਂ ਤਾਂ ਫਿਰ ਕੋਈ ਹੁੰਦਾ ਨਹੀਂ ਹੈਗਾ, ਮੰਮੀ ਕੋਲ ਤਾਂ ਰਹਿੰਦੀ ਨਹੀਂ ਹੈਗੀ। ਅਤੇ ਫਿਰ ਮੈਂ ਆਪ ਹੀ ਜਦੋਂ ਨਹਾਉਂਦੀ ਹਾਂ ਉਦੋਂ ਨਾਲ ਨਹਾ ਕੇ ਲੈ ਕੇ ਆਉਂਦੀ ਹਾਂ, ਅਤੇ ਫਿਰ ਇਹਨੂੰ ਰੋਣਾ ਸਟਾਰਟ ਕਰ ਦਿੰਦੀ ਆ। ਹਾਂ ਫਿਰ ਇਹਨੂੰ ਔਖੇ ਸੌਖੇ ਕੱਪੜੇ ਪਾਈਦੇ ਆ, ਅਤੇ ਫਿਰ ਕੱਪੜੇ ਪਾ ਕੇ ਫਿਰ ਇਹਨੂੰ ਮੈਂ ਦੁੱਧ ਪਿਆ ਕੇ ਫਟਾਫਟ ਸਵਾ ਦਿੰਦੀ ਹਾਂ, ਉਸ ਤੋਂ ਬਾਅਦ ਹੀ ਫਿਰ ਮੈਂ ਕੁਛ ਹੋਰ ਕਰ ਸਕਦੀ ਹਾਂ, ਉਸ ਤੋਂ ਪਹਿਲਾਂ ਮੈਂ ਕੁਛ ਕਰ ਨਹੀਂ ਸਕਦੀ ਹੈਗੀ ਇਸ ਕਰਕੇ। ਅਤੇ ਫਿਰ ਮੈਂ ਬਾਅਦ 'ਚ ਹੀ ਆਪਣਾ ਸਿਰ ਕਰਦੀ ਹੁੰਦੀ ਹਾਂ। ਅਤੇ ਲਓ ਜੀ, ਇੱਥੇ ਮੈਂ ਆਪਣੇ ਜਿਹੜੇ ਦੁੱਧ ਦੇ ਸੋਰੀ ਚਾਹ ਦੇ ਭਾਂਡੇ ਉਹ ਮੈਂ ਮਾਂਜਣ ਲੱਗ ਰਹੀ ਹਾਂ। ਅਤੇ ਅੱਜ ਮੇਰਾ ਵਾਲਾ ਫਰਿੱਜ ਵਾਲਾ ਪੈਂਡਿੰਗ ਵਾਲਾ ਕੰਮ ਨਿਬੜ ਚੁੱਕਿਆ ਹੈ, ਅਤੇ ਜਿਹਦੇ ਕਰਕੇ ਮੈਂ ਬਹੁਤ ਖੁਸ਼ ਹਾਂ, ਕਿਉਂਕਿ ਨਾ ਜਦੋਂ ਤੱਕ ਮੈਂ ਉਹ ਕਰ ਨਹੀਂ ਲੈਂਦੀ ਸਾਫ ਕੋਈ ਵੀ ਚੀਜ਼, ਮੈਨੂੰ ਐਂ ਹੁੰਦਾ ਵੀ ਹਾਂ ਕਰਨ ਵਾਲੀ ਪਈ ਆ, ਕਰਨ ਵਾਲੀ ਪਈ ਆ, ਕਰਨ ਵਾਲੀ ਪਈ ਆ। ਪਰ ਜਦੋਂ ਕਰ ਹੋ ਜਾਂਦੀ ਹੈ ਨਾ, ਉਦੋਂ ਮੈਨੂੰ ਖੁਸ਼ੀ ਹੋ ਜਾਂਦੀ ਹੈ ਕਿ ਹਾਂ ਵਾਲਾ ਮੇਰਾ ਕੰਮ ਹੋ ਚੁੱਕਿਆ ਵਾ। ਅਤੇ ਇੱਕ ਨਾ ਅੱਜ ਮੈਂ ਹੁਣ ਬਣਾ ਰਹੀ ਹਾਂ, ਸੱਚ ਤੜਕਾ ਲਾ ਰਹੀ ਹਾਂ ਮੈਂ ਸਬਜ਼ੀ ਨੂੰ, ਅਤੇ ਅੱਜ ਮੈਂ ਬਣਾਊਂਗੀ ਅੰਬਰਸਰੀਆਂ ਵੜੀਆਂ। ਮੈਂ ਇਹਦੇ ਡੈਡੀ ਕੋਲੋਂ ਪੈਕਟ ਮੰਗਵਾਇਆ ਵਾ, ਅਤੇ ਮੈਂ ਕਿਹਾ ਚਲੋ ਕਦੀ ਬਣਾਈ ਜਾਂਦੀਆਂ ਨੇ, ਵੈਸੇ ਇਹਦੇ ਡੈਡੀ ਨੂੰ ਪਸੰਦ ਨਹੀਂ ਹੈਗੇ, ਮੇਰੇ ਵਾਸਤੇ ਲੈ ਆਏ ਨੇ, ਅਤੇ ਅੱਜ ਮੈਂ ਉਹੀ ਬਣਾ ਰਹੀ ਹਾਂ ਅੰਬਰਸਰੀ ਵੜੀਆਂ। ਅਤੇ ਉਸ ਤੋਂ ਬਾਅਦ ਜਿਹੜਾ ਮੇਰਾ ਚੁੱਲ੍ਹੇ ਦਾ ਕੰਮ ਹੈ ਉਹ ਵੀ ਮੈਂ ਅੱਜ ਥੋੜ੍ਹਾ ਜਿਹਾ ਸਟਾਰਟ ਕਰਤਾ ਵਾ, ਸਾਰਾ ਤਾਂ ਨਹੀਂ ਕਹਿੰਦੀ ਹੈਗੀ, ਪਰ ਉਹਨੂੰ ਅੰਦਰੋਂ ਮੈਂ ਚੰਗੀ ਤਰ੍ਹਾਂ ਸਾਫ਼ ਕਰਤਾ ਵਾ, ਅਤੇ ਮਿੱਟੀ ਭੇਜਤੀ ਆ, ਅਤੇ ਤੂੜੀ ਵੀ ਅੱਜ ਮੈਂ ਮਿਲਾਤੀ ਆ, ਅਤੇ ਕੱਲ੍ਹ ਨੂੰ ਉਹ ਵਾਲਾ ਕੰਮ ਕਰੂੰਗੀ। ਅਤੇ ਐਵੇਂ ਜਿਹੜੇ ਛੋਟੇ ਛੋਟੇ ਕੰਮ ਹੈ, ਛੋਟੇ ਵੀ ਨਹੀਂ ਹੈਗੇ ਚਲੋ, ਵੱਡੇ ਵੀ ਨਹੀਂ ਹੈਗੇ, ਪਰ ਜਿਹੜੇ ਪੈਂਡਿੰਗ 'ਚ ਕੰਮ ਪਏ ਨੇ ਉਹ ਮੇਰੇ ਸਾਰੇ ਨਿਬੜ ਜਾਣਗੇ, ਐਵੇਂ ਹੁੰਦਾ ਵਾ। ਇੱਕ ਦਿਨ ਤਾਂ ਨਹੀਂ ਹੁੰਦੇ ਹੈਗੇ, ਪਰ ਆਪਾਂ ਕੋਸ਼ਿਸ਼ ਕਰਦੇ ਹਾਂ ਨਾ, ਤਾਂ ਫਿਰ ਆਪਣੇ ਕੰਮ ਜਿਹੜੇ ਨਿਬੜਨੇ ਸਟਾਰਟ ਹੋ ਜਾਂਦੇ ਆ, ਅਤੇ ਇੱਕ ਇੱਕ ਕਰਕੇ ਚਲੋ ਆਪਾਂ ਨਿਬੇੜ ਲੈਂਦੇ ਹਾਂ। ਸਬਜ਼ੀ ਰੱਖ ਕੇ ਬਣਨ ਵਾਸਤੇ ਫਿਰ ਮੈਂ ਲੱਗ ਗਈ ਸੀ ਆਟਾ ਗੁੰਨਣ ਵਾਸਤੇ, ਅਤੇ ਵੀ ਆਟਾ ਗੁੰਨ ਕੇ ਚਲੋ ਰੱਖ ਦਿੰਦੇ ਹਾਂ, ਕਿਉਂਕਿ ਭਾਵਨਾ ਦਾ ਪਤਾ ਨਹੀਂ ਹੈਗਾ ਕਦੋਂ ਕੀ ਕਹਿ ਦੇਵੇ, ਸੋਰੀ ਕਦੋਂ ਕੀ ਕਰ ਦੇਵੇ, ਉਹਨੂੰ ਕਦੋਂ ਸਾਂਭਣਾ ਪੈ ਜਾਵੇ, ਕਦੋਂ ਉਹ ਰੋਣ ਲੱਗ ਜਾਵੇ, ਕੁਛ ਨਹੀਂ ਪਤਾ ਲੱਗਦਾ ਹੈਗਾ। ਇਸ ਕਰਕੇ ਚਲੋ ਜਿਹੜਾ ਨਿਬੜਤਾ ਉਹਨੂੰ ਨਿਬੇੜ ਲਈਏ ਕੰਮ, ਵੈਸੇ ਵੀ ਸ਼ਾਮ ਹੋ ਗਈ ਹੈ। ਇੱਧਰ ਜਾਨਵੀ ਅੱਕ ਕੇ ਬਹਿ ਗਈ ਸੀ, ਕਿਉਂਕਿ ਉਹ ਨਾ ਭਾਵਨਾ ਨੂੰ ਚੱਕ ਕੇ ਖਿਲਾ ਕੇ ਥੱਕ ਗਈ ਆ, ਕਿਉਂਕਿ ਇਹਨੂੰ ਪਤਾ ਨਹੀਂ ਕਿਆ ਰਿਹਾੜ ਜੀ ਹੋਈ ਪਈ ਆ, ਬਸ ਰੋਂਦੀ ਰਹਿੰਦੀ ਹੈ ਰੋਂਦੀ ਰਹਿੰਦੀ ਹੈ, ਜੇ ਕੁਛ ਗੱਲ ਨਾ ਮੰਨੋ ਤਾਂ ਬਸ ਥੱਲੇ ਇਹਨੇ ਪਸਰ ਜਾਣਾ ਵਾ, ਲਿਫਟ ਜਾਣਾ, ਦੇਖ ਲਓ ਲੱਗ ਰਹੀ ਹੈ ਕਿਵੇਂ ਕਰਨ। ਅਤੇ ਆ ਸਾਡੀ ਤਾਂ ਨਾ ਸਮਝ ਤੋਂ ਬਾਹਰ ਆ ਵੀ 2-4 ਦਿਨ ਸਹੀ ਰਹਿੰਦੀ ਹੈ, ਉਸ ਤੋਂ ਬਾਅਦ ਫਿਰ ਐਵੇਂ ਹੋ ਜਾਂਦੀ ਹੈ, ਅਤੇ ਕੀ ਕਰੀਏ ਕੀ ਨਾ ਕਰੀਏ ਕੁਛ ਸਮਝ ਨਹੀਂ ਆਉਂਦਾ ਹੈਗਾ। ਇਸ ਕਰਕੇ ਉਹ ਕਹਿੰਦੀ ਮੰਮੀ ਮੇਰੇ ਤੋਂ ਨਹੀਂ ਸਮਝਦੀ ਹੈਗੀ, ਤੂੰ ਹੀ ਕਰ ਜੋ ਕਰਨਾ ਵਾ। ਅਤੇ ਇਸ ਕਰਕੇ ਉਹ ਤਾਂ ਥੱਕ ਕੇ ਬਹਿ ਗਈ ਸੀ। ਫਿਰ ਮੈਂ ਇਹਨੂੰ ਲੱਗ ਰਹੀ ਹਾਂ ਵੀ ਦੱਸ ਕੀ ਹੋਇਆ, ਕੀ ਚਾਹੁੰਦੀ ਹਾਂ ਤੂੰ, ਕੀ ਚਾਹੀਦਾ ਤੈਨੂੰ।
ਅਤੇ ਮੈਨੂੰ ਕਹਿੰਦੀ ਹੈ ਚੁੰਨੀ ਚੱਕ ਲਾ ਅਤੇ ਬਾਹਰ ਚੱਲ, ਬਾਹਰ ਗੇਟ ਤੋਂ ਬਾਹਰ ਲੈ ਕੇ ਚੱਲ ਮੈਨੂੰ। ਅਤੇ ਉਸ ਤੋਂ ਬਾਅਦ ਮੈਂ ਜਾਨਵੀ ਕਿਹਾ ਮੈਂ ਇਹਨੂੰ ਬਾਹਰ ਲੈ ਕੇ ਜਾਂਦੀ ਹਾਂ ਅਤੇ ਤੂੰ ਰੋਟੀਆਂ ਨੂੰ ਤੂੰ ਪਕਾ। ਅਤੇ ਉਹ ਵਿਚਾਰੀ ਲੱਗੀ ਸੀ ਰੋਟੀਆਂ ਪਕਾਉਣ ਵਾਸਤੇ। ਅਤੇ ਫਿਰ ਉੱਧਰੋਂ ਆ ਗਿਆ ਸਾਂਝੀ ਦਾ, ਮਤਲਬ ਕਿ ਅੱਜ ਸਾਂਝੀ ਮਾਤਾ ਲਾਈ ਆ ਨਾ, ਅਤੇ ਉਹਨੂੰ ਸਾਰੇ ਪੁੱਜਣਗੇ, ਮਤਲਬ ਆਰਤੀ ਵਗੈਰਾ ਕਰਨਗੇ। ਸੁਨੇਹੇ ਆ ਗਏ ਵੀ ਆਰਤੀ 'ਤੇ ਆ ਜਾਓ। ਅਤੇ ਫਿਰ ਮੈਂ ਜਾਨਵੀ ਨੂੰ ਕਿਹਾ ਤੂੰ ਐਂ ਕਰ ਵੀ ਇਹਨੂੰ ਤਾਂ ਤੂੰ ਲੈ ਜਾ, ਨਾਲੇ ਖਿਲਾਰੀ ਨਾਲੇ ਆਰਤੀ 'ਤੇ ਪੱਕ ਜਾ, ਅਤੇ ਰੋਟੀਆਂ ਮੈਂ ਲਾ ਲੈਂਦੀ ਹਾਂ। ਇਸ ਕਰਕੇ ਫਿਰ ਰੋਟੀਆਂ ਮੈਂ ਲਾਹਣ ਲੱਗ ਗਈ, ਉਹ ਚਲੇ ਗਈ। ਅਤੇ ਉਸ ਤੋਂ ਬਾਅਦ ਜੀ ਰੋਟੀਆਂ ਬਣਾਉਣ ਤੋਂ ਬਾਅਦ ਫਿਰ ਮੈਂ ਵੀ ਚਲੇ ਗਈ ਸੀ ਆਰਤੀ 'ਤੇ, ਕਿਉਂਕਿ ਮੈਂ ਵੀਡੀਓ ਬਣਾਉਣੀ ਸੀ ਤੁਹਾਡੇ ਸਾਰਿਆਂ ਵਾਸਤੇ। ਜਿਹੜੇ ਤਾਂ ਇਸ ਏਰੀਏ ਦੇ ਨੇ ਹੈਗੇ ਉਹਨਾਂ ਨੂੰ ਤਾਂ ਪਤਾ ਹੈ ਨਾ ਵੀ ਉੱਧਰ ਮੈਂ ਦੱਸਿਆ ਸੀ ਵੀ ਸਾਂਝੀ ਮਾਤਾ ਹੁੰਦੀ ਹੈ। ਅਤੇ ਜਿਹੜੇ ਜਿਵੇਂ ਸਾਨੂੰ ਪਹਿਲਾਂ ਨਹੀਂ ਪਤਾ ਹੁੰਦਾ ਸੀ ਸਾਡੇ ਵਾਲੇ ਏਰੀਏ 'ਚ ਨਹੀਂ ਮਨਾਉਂਦੇ ਹੈਗੇ, ਉਵੇਂ ਕਈਆਂ ਨੂੰ ਨਹੀਂ ਪਤਾ ਹੈਗਾ। ਇਸ ਕਰਕੇ ਫਿਰ ਮੈਂ ਕਿਹਾ ਚਲੋ ਮੈਂ ਵੀਡੀਓ ਬਣਾ ਕੇ ਲੈ ਕੇ ਆਊਂਗੀ ਵੀ ਕਿਵੇਂ ਲਾਈ ਜਾਂਦੀ ਹੈ, ਕੀ ਕਰਦੇ ਹੁੰਦੇ ਆ। ਇਸ ਕਰਕੇ ਫਿਰ ਮੈਂ ਤੁਹਾਡੇ ਸਾਰੇ ਵਾਸਤੇ ਵੀਡੀਓ ਬਣਾ ਕੇ ਲੈ ਕੇ ਆਈ ਹਾਂ। ਲੋ ਜੀ ਆਹ ਹੁੰਦੀ ਹੈ ਇਹਦੀ ਆਰਤੀ। ਅਤੇ ਜਿਨ੍ਹਾਂ ਨੇ ਵੀ ਲੈ ਕੇ ਗਏ ਨੇ ਵਾਰੀ ਵਾਰੀ ਉਹਨਾਂ ਦੇ ਘਰ ਜਾ ਕੇ ਆਰਤੀ ਕਰਕੇ ਆਉਣਗੇ ਜਵਾਕ। ਅਤੇ ਲਓ ਜੀ ਫਿਰ ਆਪਾਂ ਵੀ ਇਹਦੇ ਨਾਲ ਹੀ ਕਰਦੇ ਹਾਂ ਇਸ ਵਲੋਗ ਦੀ ਐਂਡਿੰਗ। ਜੇ ਤੁਹਾਨੂੰ ਸਾਡਾ ਵਲੋਗ ਵਧੀਆ ਲੱਗਾ ਹੋਵੇ ਪਲੀਜ਼ ਸਾਡੇ ਵਲੋਗ ਨੂੰ ਲਾਈਕ ਜ਼ਰੂਰ ਕਰਨਾ, ਸਾਡੇ ਚੈਨਲ 'ਤੇ ਨਵੇਂ ਆਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਕਮੈਂਟ ਕਰ ਦਿਆ ਕਰੋ, ਸ਼ੇਅਰ ਕਰ ਦਿਆ ਕਰੋ। ਧੰਨਵਾਦ ਜੀ, ਬਾਏ ਬਾਏ ਜੀ, ਹੱਸਦੇ ਵਸਦੇ ਰਹੋ ਜੀ।